ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਪਿਆਰੇ ਚੈਨਲ ਸਟੱਡੀ ਭਾਰਤ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਪੰਜਾਬ ਵਿੱਚ ਪ੍ਰਿੰਟਸ ਮੇਲਾ ਲੱਗਣ ਜਾ ਰਿਹਾ ਪ੍ਰਿੰਟਸ ਮੇਲਾ 2023 ਤੇ ਜਾਣ ਤੋਂ ਪਹਿਲਾਂ ਵੀਡੀਓ ਵੇਖੋ ਠੀਕ ਹੈ ਜੋ ਬਹੁਤ ਸਾਰੇ ਬੱਚਿਆਂ ਦੇ ਡਾਊਟ ਸੀ ਕੁਐਰੀ ਸੀ ਕਿ ਸਾਰ ਸਾਨੂੰ ਜਾਣਾ ਚਾਹੀਦਾ ਜਾਂ ਨਹੀਂ ਸਾਰ ਉੱਥੇ ਜੋ ਪ੍ਰਾਈਵੇਟ ਕੰਪਨੀ ਆਉਣਗੇ ਜਾਂ ਸਰਕਾਰੀ ਤਾਂ ਬਹੁਤ ਸਾਰੇ ਕੈਂਡੀਡੇਟ ਦੇ ਜਿ ਬੱਚਿਆਂ ਦੇ ਡਾਊਟ ਸੀ ਤਾਂ ਬਹੁਤ ਸਾਰੇ ਜੋ ਮੈਸੇਜ ਵੀ ਆ ਰਹੇ ਸੀ WhatsApp ਤੇ ਕਿ ਸਾਰ ਸਾਨੂੰ ਦੱਸੋ ਇਸ ਤੇ ਜੋ ਵੀਡੀਓ ਬਣਾ ਕੇ ਅਪਲੋਡ ਕਰੋ ਕਿ ਜੋ ਪ੍ਰਾਈਵੇਟ ਆਉਣਗੇ ਜਾਂ ਸਰਕਾਰੀ ਕੰਪਨੀ ਆਉਣਗੇ ਸਾਨੂੰ ਜਾਣਾ ਚਾਹੀਦਾ ਜਾਂ ਨਹੀਂ ਤਾਂ ਅਪਲਾਈ ਕਿਸ ਤਰ੍ਹਾਂ ਕਰਨਾ ਹੈ ਅਪਲਾਈ ਇਸ ਤਰ੍ਹਾਂ ਕਰੋ ਮੋਬਾਈਲ ਫੋਨ ਤੋਂ ਤੁਸੀਂ इजीली ਲਈ ਜੋ ਅਪਲਾਈ ਕਰ ਸਕਦੇ ਬਹੁਤ ਸੌਖਾ ਕੋਈ ਵੀ ਇਸ ਵਿੱਚ ਦਿੱਕਤ ਨਹੀਂ ਹੈਗੀ ਤੇ ਯੋਗਤਾ ਦੀ ਗੱਲ ਕਰੀ 10ਵੀਂ 12ਵੀਂ ਆਈਟੀ ਡਿਪਲੋਮਾ ਗ੍ਰੈਜੂਏਟ ਵਾਲੇ ਜਾ ਸਕਦੇ ਨੇ ਬਾਕੀ ਫੁੱਲ ਡਿਟੇਲ ਦੱਸਾਂਗੇ ਇਹਨਾਂ ਦੀ ਜੋ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਉੱਥੇ ਜੋ ਵੀ ਜਾਣਕਾਰੀ ਮੈਂਸ਼ਨ ਕੀਤੀ ਗਈ ਠੀਕ ਉਹ ਤੁਹਾਡੇ ਨੂੰ ਜਾਣਕਾਰੀ ਸਾਂਝਾ ਕਰਾਂਗਾ ਕਦੋਂ ਤੁਹਾਡਾ ਪ੍ਰਿੰਟਸ ਮੇਲਾ ਲੱਗਣ ਜਾ ਰਿਹਾ ਹੈ ਤੇ ਪੰਜਾਬ ਵਿੱਚ ਕਿਸ ਡਿਸਟ੍ਰਿਕਟ ਵਿੱਚ ਜੋ ਪ੍ਰਿੰਟਸ ਮੇਲਾ ਲੱਗੇਗਾ ਤੇ ਸਾਰੀ ਜਾਣਕਾਰੀ ਇਸ ਵੀਡੀਓ ਨੂੰ ਕਿਰਪਾ ਕਰਕੇ ਵੇਖਣ ਪੂਰਾ ਜ਼ਰੂਰ ਦੇਖਣਾ ਸਕਿਪ ਨਹੀਂ ਕਰਨਾ ਤੇ ਚ ਅਪਡੇਟ ਲਈ ਜੋ ਵੀ ਆ ਪ੍ਰਿੰਟ ਰਿਗਾਰਡਿੰਗ ਕੋਈ ਵੀ ਅਪਡੇਟ ਹੁੰਦੀ ਏ ਕੋਈ ਵੀ ਜੌਬ ਹੁੰਦੀ ਪੰਜਾਬ ਵਿੱਚ ਹੋਵੇ ਸੈਂਟਰ ਦੀ ਹੋਵੇ ਆਲ ਇੰਡੀਆ ਵੇ ਠੀਕ ਕੋਈ ਵੀ ਜੌਬ ਆਉਂਦੀ ਏ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਇਸ ਚੈਨਲ ਤੇ ਤੁਹਾਨੂੰ ਦਿੱਤੀ ਜਾਂਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਨੈਸ਼ਨਲ ਅਪਰਿੰਟਸਿਪ ਜੋ ਮੇਲਾ ਲੱਗਣ ਜਾ ਰਿਹਾ ਪੀ ਐਮ ਐਨ ਐਮ ਆ ਪ੍ਰਿੰਟਸ ਮੇਲਾ ਜੋ 9 ਜਨਵਰੀ 2023 ਤੋਂ ਵੜਾ ਲੱਗਣ ਜਾ ਰਿਹਾ ਪ੍ਰਿੰਟਸ ਮੇਲਾ ਤੇ ਸਭ ਤੋਂ ਪਹਿਲਾਂ ਤੁਸੀਂ ਆਇਨਾ ਇਸ ਵੈਬਸਾਈਟ ਤੇ ਇਸ ਵੈਬਸਾਈਟ ਦਾ ਲਿੰਕ ਮੈਂ ਦਿੱਤਾਗਾ ਆਪਣੇ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਸੀਂ ਕਲਿੱਕ ਕਰਕੇ ਤਾਂ ਇਸ ਵੈਬਸਾਈਟ ਤੇ ਆਇਨਾ ਤੇ ਤੁਹਾਨੂੰ ਥੱਲੇ ਜੋ ਮੈਪ ਦਿਖ ਰਿਹਾ ਠੀਕ ਹੈ ਮੈਪ ਵੇਖ ਸਕਦੇ ਹੋ ਇੱਥੇ ਲੱਗ ਲੱਗ ਜੋ ਸਟੇਟ ਹੈਗੀਆਂ ਨੇ ਤੇ ਜਿਵੇਂ ਆਪਾਂ ਇੱਥੇ ਪੰਜਾਬ ਵਾਲੇ ਜੋ ਪੀਲੇ ਕਲਰ ਤੁਸੀਂ ਵੇਖ ਸਕਦੇ ਹੋ ਪੰਜਾਬ ਤਿਕੋਣਾ ਜੋਕਾਰ ਠੀਕ ਹੈ ਆਪਣਾ ਪੰਜਾਬ ਤੇ ਕਰ ਦੇਣਾ ਤੁਸੀਂ ਕਲਿੱਕ ਤੇ ਉਸ ਤੋਂ ਬਾਅਦ ਵੇਖੋ ਜੋ ਇੱਥੇ ਸਕਰੋਲ ਕਰੋਗੇ ਜਿਵੇਂ ਜ਼ੂਮ ਆਊਟ ਮੈਂ ਕਰ ਲੈਣਾ ਠੀਕ ਹੈ ਜੋ ਇਸ ਨੂੰ ਤੇ ਇੱਥੇ ਵੇਖੋ ਆ ਪ੍ਰਿੰਟਸ ਮੇਲਾ ਆਉਣ 9 ਜਨਵਰੀ 2003 ਲੱਗਣ ਜਾ ਰਿਹਾ ਹੈ ਤੇ ਕਿਹੜੇ ਕਿਹੜੇ ਡਿਸਟ੍ਰਿਕਟ ਵਿੱਚ ਲੱਗੇਗਾ ਤੇ ਇੱਥੇ ਮੈਂਸ਼ਨ ਕੀਤਾ ਗਿਆ ਚੈੱਕ ਕਰ ਸਕਦੇ ਹੋ ਫਤਿਹਗੜ੍ਹ ਸਾਹਿਬ ਹੋ ਗਿਆ ਫਿਰੋਜ਼ਪੁਰ ਹੋ ਗਿਆ ਕਪੂਰਥਲਾ ਹੋ ਗਿਆ ਮਲੇਰਕੋ ਹੋ ਗਿਆ ਮੋਗਾ ਗਿਆ ਐਸਐਸ ਨਗਰ ਹੋ ਗਿਆ ਅਸ਼ੀਤ ਭਗਤ ਸਿੰਘ ਨਗਰ ਹੋ ਗਿਆ ਤੇ ਉਸ ਵਾਰ ਤਰਨ ਤਰਨ ਹੋ ਗਿਆ ਸਾਰਾ ਕੁਝ ਇੱਥੇ ਮੈਂਸ਼ਨ ਕੀਤਾ ਗਿਆ ਚੈੱਕ ਕਰ ਸਕਦੇ ਹੋ ਜਿਵੇਂ ਮੰਨ ਲਓ ਮੈਂ ਜਾਣਾ ਚਾਹੁੰਦਾ ਫਿਰੋਜ਼ਪੁਰ ਤਾਂ ਮੈਂ ਫਿਰੋਜ਼ਪੁਰ ਤੇ ਕਰ ਦੇਣਾ ਕਲਿੱਕ ਜਿੱਦਾਂ ਹੀ ਮੈਂ ਫਿਰੋਜ਼ਪੁਰ ਤੇ ਕਲਿੱਕ ਕਰਾਂਗਾ ਤੇ ਮੇਰੇ ਕੋਲ ਇਸ ਤਰ੍ਹਾਂ ਦਾ ਪੇਜ ਓਪਨ ਹੋ ਜਾਏਗਾ ਉਸ ਵਾਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਪ੍ਰਿੰਟ ਸਮੇਲਾ ਲੋਕੇਸ਼ਨ ਤੇ ਸਭ ਤੋਂ ਪਹਿਲਾਂ ਤੁਹੜੇ ਦਿੱਤਾ ਹੈ ਪ੍ਰਿੰਟ ਸਮੇਲਾ ਜੋ ਲੋਕੇਸ਼ਨ ਕਿੱਥੇ ਹੈ ਤੇ ਸਾਰਾ ਕੁਝ ਮੈਂਸ਼ਨ ਕੀਤਾ ਗਿਆ ਚੈੱਕ ਕਰ ਸਕਦੇ ਹੋ ਠੀਕ ਹੈ ਇੱਥੇ ਦਿੱਤਾ ਹੈ ਆਪਣਾ ਤਾਂ ਵੇਖ ਸਕਦੇ ਹੋ ਤੁਹਾਡਾ ਜੋ ਪ੍ਰਿੰਟ ਸਮੇਲਾ ਕਿੱਥੇ ਲੱਗਣ ਜਾ ਰਿਹਾ ਜਿਵੇਂ ਫਿਰੋਜ਼ਪੁਰ ਵਿੱਚ ਤੇ ਉਸ ਵਾਰ ਕੋਆਰਡੀਨੇਟਰ ਡਿਟੇਲ ਦਿੱਤੀ ਹੈ ਸਾਰਾ ਕੁਝ ਮੈਂਸ਼ਨ ਕੀਤਾ ਗਿਆ ਫੋਨ ਨੰਬਰ ਮੇਲ ਆਈਡੀ ਕੋਆਰਡੀਨੇਟਰ ਦਾ ਜੋ ਨੇਮ ਦਿੱਤਾ ਹੈ ਠੀਕ ਸਾਰਾ ਕੁਝ ਮੈਂਸ਼ਨ ਕੀਤਾ ਗਿਆ ਹੈ ਤੇ ਉਸ ਵਾਰ ਆਉਂਦਾ ਇਸਟੈਬਲਿਸ਼ਮੈਂਟ ਜੋ ਵੈਕੈਂਸੀਆਂ ਤੁਹਾਡੀਆਂ ਆਪਣਾ ਇਸਟੈਬਲਿਸ਼ਮੈਂਟ ਸਾਰੀ ਡਿਟੇਲ ਦਿੱਤੀ ਹੈ ਕੰਪਨੀ ਵਗੈ ਆੜੂ ਆ ਰਹੀ ਹੈ ਠੀਕ ਹੈ ਇੰਜੀਨੀਅਰਿੰਗ ਵਰਕ ਹੋ ਗਿਆ ਉਸ ਵਾਰ ਟ੍ਰੇਡ ਨੇਮ ਦਿੱਤਾ ਤੁਹਾਡਾ ਵੈਲਡਰ ਹੋ ਗਿਆ ਜਿਵੇਂ 6 ਵੈਕਾਂਸੀਆਂ ਹੋ ਗਈਆਂ ਫਿੱਟਰ ਹੋ ਗਿਆ ਮਸ਼ੀਨਿਸਟ ਹੋ ਗਿਆ ਟਰਨਰ ਹੋ ਗਿਆ ਇਲੈਕਟ੍ਰੀਸ਼ੀਅਨ ਹੋ ਗਿਆ ਤੇ ਉਸ ਵਾਰ ਲਗ ਲਗ ਥੱਲੇ ਹੋਰ ਵੀ ਵੇਖੋ ਠੀਕ ਹੈ ਲਗ ਲਗ ਪੇਜ ਦਿੱਤੇ ਨੇ ਨੈਕਸਟ ਕਰਕੇ ਹੋਰ ਵੀ ਤੁਸੀਂ ਵੇਖ ਸਕਦੇ ਹੋ 1 2 3 4 ਹੋਰ ਵੀ ਇਸ ਵਿੱਚ ਜੋ ਪੇਜ ਆਊਟ ਕੀਤੇ ਗਏ ਨੇ ਠੀਕ ਹੈ ਬਹੁਤ ਸਾਰੇ ਜੋ ਅਪ੍ਰੈਂਟਸ ਜੋ ਟ੍ਰੇਡ ਆਊਟ ਕੀਤੇ ਗਏ ਨੇ ਤੇ ਵੈਕਾਂਸੀਆਂ ਬਹੁਤ ਸਾਰੀਆਂ ਆਊਟ ਕੀਤੀਆਂ ਗਿਆ ਨੇ ਤੇ ਇਸ ਵਿੱਚ ਪ੍ਰਾਈਵੇਟ ਵੀ ਆਉਣਗੀਆਂ ਤੇ ਗਵਰਨਮੈਂਟ ਵੀ ਆਉਣਗੀਆਂ ਠੀਕ ਹੈ ਪ੍ਰਾਈਵੇਟ ਵੀ ਆਉਣਗੀਆਂ ਤੇ ਸਰਕਾਰੀ ਵੀ ਆਪਣੀਆਂ ਜੋ ਕੰਪਨੀ ਆਉਣਗੀਆਂ ਤੇ ਜੋ ਵੀ ਕੈਂਡੀਡੇਟ ਲੇ ਵਾਸਤੇ ਹੁਣ ਆਪਾਂ ਗੱਲ ਕਰਦੇ ਆ ਅਪਲਾਈ ਕਿਸ ਤਰ੍ਹਾਂ ਕਰਨਾ ਤੇ ਅਪਲਾਈ ਕਰਨਾ ਜੀ ਆਨਲਾਈਨ ਅਪਲਾਈ ਕਰਨਾ ਜੋ ਆਪਣਾ 3 ਡਾਟ ਦਿੱਤਾ ਇਸ ਤੇ ਕਰ ਦੇਣਾ ਕਲਿੱਕ ਉਸ ਤੋਂ ਬਾਅਦ ਰਜਿਸਟ੍ਰੇਸ਼ਨ ਵਗੈਰਾ ਇੱਥੇ ਦਿੱਤਾ ਹੈ ਕੈਂਡੀਡੇਟ ਰਜਿਸਟ੍ਰੇਸ਼ਨ ਠੀਕ ਹੈ ਇਸ ਤੇ ਕਰ ਦੇਣਾ ਕਲਿੱਕ ਤੇ ਇਸ ਤੇ ਮੈਂ ਪਹਿਲਾਂ ਹੀ ਆਲਰੇਡੀ ਜੋ ਵੀਡੀਓ ਬਣਾ ਕੇ ਅਪਲੋਡ ਕਰ ਦਿੱਤੀ ਕਿਸ ਤਰ੍ਹਾਂ ਤੁਸੀਂ ਅਪਲਾਈ ਕਰ ਸਕਦੇ ਹੋ ਆਪਣੇ ਮੋਬਾਈਲ ਫੋਨ ਤੋਂ ਤੇ ਉਹ ਵੀਡੀਓ ਜਿੰਨਾ ਕੈਂਡੀਡੇਟ ਬੱਚਿਆਂ ਨੇ ਨਹੀਂ ਵੇਖੀ ਤਾਂ ਉਹ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਓ ਠੀਕ ਹੈ ਉਸ ਵੀਡੀਓ ਦਾ ਲਿੰਕ ਵੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਿੱਤਾ ਜਿਨ੍ਹਾਂ ਨੇ ਵੀਡੀਓ ਨਹੀਂ ਵੇਖੀ ਤਾਂ ਵੀਡੀਓ ਨੂੰ ਜ਼ਰ 800 ਤੇ ਮੈਸੇਜ ਕਰ ਸਕਦੇ ਹੋ 7589712809 ਇਸ ਨੰਬਰ ਤੇ ਮੈਨੂੰ ਮੈਸੇਜ ਕਰਕੇ ਜੋ ਮੇਰੇ ਕੋਲ ਜੋ ਵੀਡੀਓ ਤੁਸੀਂ ਲੈ ਸਕਦੇ ਹੋ ਕਿਸ ਤਰ੍ਹਾਂ ਅਪਲਾਈ ਕਰਨਾ ਆਪਣੇ ਮੋਬਾਈਲ ਫੋਨ ਤੋਂ ਸਟੈਪ ਬਾਈ ਸਟੈਪ ਸਾਰਾ ਕੁਝ ਦੱਸਿਆ ਆ ਕਿਸ ਤਰ੍ਹਾਂ ਡਾਕੂਮੈਂਟ ਅਪਲੋਡ ਕਰਨੇ ਸਾਰਾ ਕੁਝ ਦੱਸਿਆ ਉਸ ਵੀਡੀਓ ਵਿੱਚ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲੈਣਾ ਅਪਲਾਈ ਕਰਨ ਤੋਂ ਪਹਿਲਾਂ ਇੱਕ ਵਾਰੀ ਵੀਡੀਓ ਨੂੰ ਦੇਖ ਲੈਣਾ ਠੀਕ ਹੈ ਕਿਸ ਤਰ੍ਹਾਂ ਅਪਲਾਈ ਕਰਨਾ ਸਟੈਪ ਬਾਈ ਸਟੈਪ ਸਾਰਾ ਕੁਝ ਦੱਸਿਆ ਆ ਤਾਂ ਵੀਡੀਓ ਨੂੰ ਕਿਰਪਾ ਕਰਕੇ ਫੋਲੋਅਰ ਜ਼ਰੂਰ ਕਰ ਲੈਣਾ ਠੀਕ ਹੈ ਉਸ ਵੀਡੀਓ ਦਾ ਲਿੰਕ ਵੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜੇਗਾ ਪਲ ਵਟਸਐਪ ਟੈਲੀਗ੍ਰਾਮ ਗਰੁੱਪ ਵਿੱਚ ਵੀ ਮਿਲ ਜਾਏਗਾ ਇਹ ਜੋ ਠੀਕ ਹੈ ਭਰਤੀ ਆਊਟ ਕੀਤੀ ਗਈ ਆਪਾਂ ਗੱਲ ਕਰੀਆ ਪ੍ਰਿੰਟਸ ਜੋ ਮੇਲਾ ਲੱਗਣ ਜਾ ਰਿਹਾ ਤੁਹਾਡਾ ਲਗ ਲਗ ਡਿਸਟ੍ਰਿਕਟ ਵਿੱਚ ਜੋ ਵੀ ਤੁਸੀਂ ਡਿਸਟ੍ਰਿਕਟ ਵਿੱਚ ਆਣਾ ਚਾਹੁੰਦੇ ਜੋ ਵੀ ਤੁਹਾਡੇ ਨੇੜੇ ਠੀਕ ਉੱਤੇ ਆਪਣਾ ਜਾ ਸਕਦੇ ਪ੍ਰਿੰਟਸ ਮੇਲੇ ਵਾਸਤੇ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਬਹੁਤ ਸਾਰੇ ਕੈਂਡੀਡੇਟ ਤੇ ਡਾਊਟ ਨੇ ਠੀਕ ਹੈ ਕੈਂਡੀਡੇਟ ਜੋ ਬੱਚਿਆਂ ਦੇ ਡਾਊਟ ਨੇ ਕਿ ਸਰ ਸਾਨੂੰ ਇਸ ਵਿੱਚ ਜਾਣਾ ਚਾਹੀਦਾ ਪ੍ਰਿੰਟਸ ਮੇਲੇ ਤੇ ਜਾਂ ਨਹੀਂ ਤਾਂ ਇਹ ਤੁਹਾਡੇ ਤੇ ਡਿਪੈਂਡ ਹੈ ਠੀਕ ਹੈ ਮੈਂ ਤੁਹਾਨੂੰ ਇਹ ਨਹੀਂ ਕਹਾਂਗਾ ਕਿ ਜਾਣਾ ਚਾਹੀਦਾ ਜਾਂ ਨਹੀਂ ਤੁਸੀਂ ਜਾਣਾ ਕਿ ਨਹੀਂ ਇਹ ਤੁਹਾਡੇ ਤੇ ਡਿਪੈਂਡ ਹੈ ਮੈਂ ਤੁਹਾਨੂੰ ਇਹ ਨਹੀਂ ਕਹਾਂਗਾ ਕਿ ਨਾ ਜਾਓ ਜਾਂ ਜਾਓ ਤੇ ਇਹ ਤੁਹਾਡੇ ਤੇ ਡਿਪੈਂਡ ਹੈ ਜੇ ਜੇਗਾ ਜੋ ਪ੍ਰਿੰਟਸ ਕਰਨਾ ਚਾਹੁੰਦੇ ਹੋ ਤੁਹਾਡਾ ਫਿਊਚਰ ਹੈਗਾ ਕੈਰੀਅਰ ਹੈਗਾ ਤਾਂ ਤੁਸੀਂ ਜਾ ਸਕਦੇ ਹੋ ਜੇਕਰ ਤੁਹਾਨੂੰ ਵਧੀਆ ਲੱਗਦੀ ਹੈ ਪ੍ਰਿੰਟਸ ਕਰਨਾ ਚਾਹੁੰਦੇ ਜੋ ਐਲੀਜੀਬਲ ਤੱਕ ਕਰ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਹੈ ਠੀਕ ਹੈ ਤੁਹਾਨੂੰ ਮੈਂ ਇਹ ਨਹੀਂ ਕਾਵਾਂਗਾ ਕਿ ਨਾ ਜਾਓ ਜਾਓ ਠੀਕ ਇੱਕ ਵਾਰੀ ਜ਼ਰੂਰ ਜਾਓ ਵੇਖਿਆਓ ਉੱਥੇ ਜੋ ਕੀ ਉੱਥੋਂ ਦਾ ਮਾਹੌਲ ਹੈ ਠੀਕ ਹੈ ਮਤਲਬ ਜਿਵੇਂ ਕਹਿ ਸਕਦੇ ਕਿ ਉੱਥੇ ਕਿਹੜੇ ਕਿਹੜੇ ਕੰਪਨੀ ਆਉਣਗੇ ਤੁਹਾਨੂੰ ਨੌਲੇਜ ਮਿਲੇਗੀ ਸਿੱਖਣ ਨੂੰ ਮਿਲੇਗਾ ਕੁਝ ਤੁਸੀਂ ਇੱਕ ਵਾਰੀ ਜ਼ਰੂਰ ਉੱਥੇ ਜਾਣਾ ਟਰਾਈ ਕਰਨਾ ਠੀਕ ਹੈ ਜੋ ਵੀ ਤੁਹਾਡੇ ਕੁਆਲੀਫਿਕੇਸ਼ਨ ਹੈਗੀ ਹੈ ਤੇ ਜੋ ਵੀ ਐਲੀਜੀਬਲ ਕੈਂਡੀਡੇਟ ਜਾ ਨੈਸ਼ਨਲ ਪ੍ਰਿੰਟਸ ਮੇਲਾ ਲੱਗਣ ਜਾ ਰਿਹਾ 2023 ਜੋ 9 ਜਨਵਰੀ 2023 ਤੋਂ ਤੁਹਾਡਾ ਪ੍ਰਿੰਟਸ ਮੇਲਾ ਲੱਗੇਗਾ ਤੇ ਬਾਕੀ ਤੁਸੀਂ ਆਪਣੀ ਲੋਕੇਸ਼ਨ ਚੈੱਕ ਕਰ ਸਕਦੇ ਹੋ ਠੀਕ ਹੈ ਜੋ ਵੀ ਤੁਹਾਡੇ ਨੇੜੇ ਲੋਕੇਸ਼ਨ ਹੈਗੀ ਹੈ ਡਿਸਟ੍ਰਿਕਟ ਹੈਗੀ ਹੈ ਤੇ ਉੱਥੇ ਤੁਸੀਂ ਦੇਖ ਸਕਦੇ ਕਿਹੜੇ-ਕਿਹੜੇ ਕੰਪਨੀਆਂ ਆਉਣ ਗਿਆ ਤੇ ਕਿਹੜੇ-ਕਿਹੜੇ ਟ੍ਰੇਡ ਆਊਟ ਕੀਤੇ ਗਏ ਨੇ ਕਿੰਨੀਆਂ ਵੈਕੈਂਸੀਆਂ ਆਊਟ ਕੀਤੀਆਂ ਗਿਆ ਨੇ ਤੇ ਕਿ ਲੋਕੇਸ਼ਨ ਤੁਹਾਡੀ ਕੀ ਹੈ ਸਾਰਾ ਕੁਝ ਚੈੱਕ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਵੀ ਸਮਝ ਨਹੀਂ ਆ ਰਹੀ ਕੋਈ ਵੀ ਡਾਊਟ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਤੇ ਜਾਣਕਾਰੀ ਸੇ ਅਪਡੇਟਸ ਸੇ ਤੁਹਾਡੇ ਨਾਲ ਕਰਕੇ ਸਾਂਝਾ ਕਰਨਾ ਚਾਹੁੰਦਾ ਅਸੀਂ ਤਾਂ ਵੀਡੀਓ ਵ